ਦਿੱਲੀ ਦੇ ਦੰਗਾ ਪੀੜਤਾਂ ਦੀ ਲੜਾਈ ਲੜਨ ਵਾਲੇ ਪੱਤਰਕਾਰ ਅਤੇ ਸਾਬਕਾ ਵਿਧਾਇਕ ਜਰਨੈਲ ਸਿੰਘ ਕਰੋਨਾ ਦੀ جنگ ہار ਗਏ ਨੇ कोरोना वायरस ਦੇ ਨਾਲ করোনা ভাইরাস ਦੀ ਮਹਾਮਾਰੀ ਦੇ ਨਾਲ ਜੂਝ ਰਹੇ ਸੀ ਜਰਨੈਲ ਸਿੰਘ ਸਾਫ ਦਾ ਵਿਧਾਇਕ ਜੋ ਕਿ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਸਾਫ ਦਾ ਵਿਧਾਇਕ ਸਨ ਅਤੇ ਨਾਲ ਹੀ ਸੀਨੀਅਰ ਪੱਤਰਕਾਰ ਸਨ ਜਰਨੈਲ ਸਿੰਘ ਦਿੱਲੀ ਦੇ 1986 ਸਿੱਕਤ ਲਿਆਮ ਦੇ ਵਿੱਚ ਬਚਣ ਵਾਲੇ ਜਰਨੈਲ ਸਿੰਘ ਜਿਨ੍ਹਾਂ ਦਾ ਸਾਰਾ ਪਰਿਵਾਰ ਜੜਾ ਸੀ 1984 ਸਿੱਖ ਦੰਗਿਆਂ ਦੇ ਵਿੱਚ ਮਾਰਿਆ ਗਿਆ ਸੀ ਉਸ ਦੌਰਾਨ ਉਹ ਸਿਰਫ ਇਕੱਲੇ ਬਚੇ ਸਨ ਆਪਣੇ ਪਰਿਵਾਰ ਦੇ ਵਿਛੋੜੇ ਤੇ ਦੰਗਾ ਪੀੜਤਾਂ ਦੀ ਲਗਾਤਾਰ ਲੜਾਈ ਲੜ ਰਹੇ ਸੀ ਇੱਕ ਸਾਫ ਸੁਥਰੀ ਅਕਸ ਤੇ ਮਾਲਕ ਸਨ ਜਰਨੈਲ ਸਿੰਘ ਜੋ ਕਿ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਸਨ ਅਤੇ ਦਿੱਲੀ ਦੇ ਰਾਜੀਵ ગાંધી ਸੁਪਰ ਸਪੈਸ਼ੈਲਿਟੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ 29 ਅਪ੍ਰੈਲ ਨੂੰ ਉਹਨਾਂ ਨੇ ਇੱਕ ਪੋਸਟ ਪਾ ਕੇ ਇਹ ਵੀ ਲਿਖਿਆ ਸੀ ਕਿ ਉਹ ਵੀ ਬਾਕੀ ਲੋਕਾਂ ਦੇ ਵਾਂਗ ਸਰੀਰਕ ਕਸ਼ਟ ਚੱਲ ਰਹੇ ਨੇ ਇਸ ਦੇ ਲਈ ਉਹਨਾਂ ਨੂੰ ਫੋਨ ਨਾ ਕੀਤਾ ਜਾਵੇ ਕਿਉਂਕਿ ਜਦੋਂ ਵੀ ਕੋਈ ਫੋਨ ਆਉਂਦਾ ਹੈ ਤਾਂ ਉਹਨਾਂ ਨੂੰ ਸਾਹ ਲੈਣ ਦੇ